परिवार परिया शबद गावण आया। आज दे मेगा ऑडिशन विच साडे प्रतियोगियों नू परखण लई जज साहिबान साडे नाल स्टूडियो विच मौजूद ने। उन्हां दा तारुफ करवाना चाहवांगी। साडे पहले जज साहिबान ने बहुत ही छोटी उम्र विच गुरमत संगीत विच PhD हासिल करन वाले डॉक्टर बलजीत कौर जी, जिन्हां ने जो कि सैफरन सिटी कॉलेज विच लैक्चरार ने, तारुफ करवाना चाहवांगी अज दे दूजे जज साहिबान दा डॉक्टर चरण कमल सिंह जी, जो कि सिख कौम दा मान इशमीत सिंह इंस्टीट्यूट म्यूजिक इंस्टीट्यूट के डायरैक्टर ने, उस दे नाल नाल ही गुरु अंगद देव यूनिवर्सिटी के HOD भी ने। साडे तीजे जज साहिबान ने गुरु शबद संगीत अकैडमी जवद्दी टकसाल के प्रिंसीपल प्रिंसीपल जतेंद्रपाल सिंह जी, ते साडे चौथे जज साहिबान ने गुरु शबद संगीत अकैडमी जवद्दी टकसाल के ही प्रोफेसर तजिंदर सिंह जी। अज के मेगा ऑडिशन विच सानू असीसा देने लई मुख मेहमान वजो साडे नाल स्टूडियो विच मौजूद ने जवद्दी टकसाल के मुखी संत बाबा अमीर सिंह जी। मैं आए हुए अपने प्रतियोगियों का, जज साहिबाना का अते मुख मेहमान साहिबान का निग्गा जियाया नू आखदी हाँ, जिन्हां ने अपने रुझेवियां भरे समय विच्चों कुछ समा इन्हां बच्चों नू आशीर्वाद देने लई कढ़िया। ज़्यादा समा ना लैंदे हुए अज का एपीसोड शुरू करदे हाँ ते मिलदे हाँ अपने पहले प्रतियोगी नू। दोत बंदने अनकवार सर्व कला समराथ दोलन तेरा खोह प्रभु नानक दे हाथ वाहे गुरु वाहे गुरु वाहे गुरु टोडी महला पंजवा प्राब तेरे पाग की दूर प्राब तेरे पाग की दूर प्राब तेरे पाग की दूर प्राब तेरे पाग प्रीतम मन मोहन
ਪ੍ਰਭ ਤੇਰੇ ਭਾਗ ਕੀ ਤੂਰ ਪ੍ਰਭ ਤੇਰੇ ਭਾਗ ਕੀ ਤੂਰ ਸਾਰੇ ਗਰੇ ਸਾਰੇ ਗਮ ਗਰੇ ਸਾਰੇ ਗਮ ਦਾਨੀ ਦਾ ਪਮ ਗਰੇ ਗਰੇ ਸਭ ਤੇਰੇ ਭਾਗ ਗੁਰਤਾਜ ਜਦੋਂ ਤੁਸੀਂ ਆਪਾਂ ਸ਼ੁਰੂ ਕਰਦੇ ਨਾ ਸ਼ਬਦ ਤਾਂ ਜਦੋਂ ਪਹਿਲਾਂ ਤੁਸੀਂ ਹਾਰਮੋਨੀਅਮ ਛੇੜਿਆ ਸੀਗਾ ਅਤੇ ਉਹ ਇਸ ਤਰ੍ਹਾਂ ਨਹੀਂ ਛੇੜਨਾ ਚਾਹੀਦਾ ਕਿ ਜਿਸ ਤਰ੍ਹਾਂ ਅਸੀਂ ਘਰ 'ਚ ਆਪਾਂ ਰਿਹਰਸਲ ਕਰ ਰਹੇ ਹਾਂ ਤੁਸੀਂ ਫਾਈਨਲ ਪ੍ਰੈਜੈਂਟੇਸ਼ਨ ਕਰ ਰਹੇ ਹੋ ਨਾ ਤਾਂ ਉਹਦਾ ਸੋਚ ਕੇ ਮੈਂ ਕੀ ਵਜਾਉਣਾ ਕੋਈ ਪਕੜ ਵਜਾਉਣੀ ਹੈ ਕੋਈ ਆਰੋਹ ਅਰੋਹ ਕਰਨਾ ਹੈ ਬੜਾ ਅੱਛਾ ਪੀਸ ਸੋਚ ਕੇ ਪ੍ਰੈਕਟਿਸ ਵਾਲਾ ਨਹੀਂ ਵਜਾਉਣਾ ਠੀਕ ਹੈ ਔਰ ਬਹੁਤ ਅੱਛਾ ਗਾਇਆ ਔਖੇ ਤਾਲ ਨਾਲ ਗਾਇਆ ਬੜਾ ਸੋਹਣਾ ਨਿਭਾਇਆ ਸ਼ਾਬਾਸ਼ ਬੇਟਾ ਅੱਛਾ ਗਾਇਆ ਤੁਸੀਂ ਮਿਹਨਤ ਚੰਗੀ ਕੀਤੀ ਹੈ ਵਿੱਚ ਜਿਵੇਂ ਕਈ ਵਾਰੀ ਨਾ ਸਵਰ ਦਾ ਅਭਿਆਸ ਖਰਾਬ ਹੁੰਦਾ ਕਿਤੇ ਜਾਂ ਹੁਣ ਤੁਹਾਡੀ ਅਖੀਰ 'ਤੇ ਧਿਆਈ ਤੁਹਾਡੀ ਪੂਰੀ ਨਹੀਂ ਆਈ ਤਾਲ ਦਾ ਵੀ ਧਿਆਨ ਰੱਖੋ ਤਾਲ 'ਚ ਪੂਰੀ ਆਵੇ ਜਿੰਨਾ ਤੁਸੀਂ ਗਾ ਰਹੇ ਹੋ ਸਵਰ ਵੀ ਠੀਕ ਰਹੇ ਤਾਲ ਦਾ ਵੀ ਠੀਕ ਰਹੇ ਜਿਵੇਂ ਤੁਹਾਨੂੰ ਦੱਸਿਆ ਪੈਸਾ ਵੀ ਤੁਹਾਨੂੰ ਸਾਹ ਦਾ ਅਭਿਆਸ ਕਰਿਆ ਕਰੋ ਸਾਹ ਦਾ ਰੋਜ਼ ਅਭਿਆਸ ਕਰਿਆ ਕਰੋ ਤਾਂ ਕਿ ਸਾਹ ਦੀ ਲੰਬਾਈ ਲੰਬੀ ਹੋਵੇ ਸਾਹ ਲੰਬਾ ਹੋਏਗਾ ਤਾਂ ਹੀ ਤੁਸੀਂ ਤਾਨਾ ਅੱਛਾ ਬੋਲ ਸਕਦੇ ਹੋ ਵਿੱਚ ਸ਼ਾਬਾਸ਼ ਠੀਕ ਹੈ ਸ਼ਾਬਾਸ਼ ਬੇਟਾ ਸ਼ਬਦ ਤਾਂ ਤੁਹਾਨੂੰ ਸਾਰਾ ਕੰਠ ਸੀ ਔਰ ਬਾਕੀ ਜੋ ਤੁਹਾਡੇ ਟੀਚਰ ਨੇ ਤੁਹਾਨੂੰ ਕਰਵਾਇਆ ਉਹ ਤਾਂ ਯਾਦ ਸੀ ਪਰ ਇਹਨੂੰ ਹੋਰ ਪ੍ਰਜੈਂਟੇਬਲ ਬਣਾਉਣ ਲਈ ਇਹਦੇ ਵਿੱਚ ਉਹ ਖੂਬਸੂਰਤੀ ਠੀਕ ਹੈ ਉਹਦੇ ਲਈ ਬਹੁਤ ਮਿਹਨਤ ਅਜੇ ਦਰਕਾਰ ਹੈ ਸ਼ਾਬਾਸ਼ ਮਿਹਨਤ ਕਰੋ ਠੀਕ ਹੈ ਬਹੁਤ ਅੱਛਾ ਕਰ ਸਕਦੇ ਹੋ ਗੁਰਤਾਜ ਜੀ ਬਹੁਤ ਸੋਹਣਾ ਤੁਸੀਂ ਗਾਇਆ ਆਵਾਜ਼ ਤੁਹਾਨੂੰ ਗੋਡ ਗਿਫਟਿਡ ਮਿਲੀ ਹੈ ਸਕੇਲ ਵੀ ਤੁਹਾਡਾ ਬਹੁਤ ਵਧੀਆ ਹੈਗਾ ਥੋੜ੍ਹਾ ਘਬਰਾ ਕੇ ਨਹੀਂ ਗਾਣਾ ਗਾਉਣ ਦਾ ਮਤਲਬ ਹੈ ਫੀਲ ਕਰਨਾ ਚਾਹੇ ਅਸੀਂ ਗੁਰਬਾਣੀ ਗਾ ਰਹੇ ਹਾਂ ਚਾਹੇ ਕੋਈ ਵੀ ਗੀਤ ਗਾ ਰਹੇ ਹਾਂ ਫੀਲ ਕਰਕੇ ਗਾਓ ਤੁਸੀਂ ਯਾਦ ਕੀਤਾ ਹੋਇਆ ਸੀ ਸ਼ਬਦ ਪੂਰਾ ਜੋ ਉਹਦਾ ਮੀਨਿੰਗ ਹੈ ਉਹਨੂੰ ਫੀਲ ਕਰੋ ਅੱਛੀ ਤਰ੍ਹਾਂ ਗਾਓ ਅਤੇ ਰਿਆਜ਼
डेली रियाज करोगे तो स्वर थोड़े नहीं जाएंगे। गुरदास सिंह जी बहुत सुंदर गाया। जिमें जज साहबाना ने तुहानू दस्या भी केड़ियां केड़ियां चीज़ां का ध्यान रखना है, उन्हां चीज़ां का ध्यान रखना सोहना गाया, होर गुरु कृपा करे तुहानू चढ़दी कला बख्शिश करे। गाया लेकिन ताल दे विचों बाहर हो गए, ताल दा ध्यान नहीं रहा। ठीक है, तान कई विच उहदे विच अधूरी जां छड़ दित्ती जां भुल गई जां ताल दा पता नहीं रहा, इन्हां सारियां चीज़ां दा ध्यान रखना। ठीक है, वाहिगुरु जी का खालसा, वाहिगुरु जी की फतेह।
मेरा नाम मनदीप कौर है, मैं तुहाडे सामने राग जौनपुरी शब्द गायन करन जा रही हाँ। मा पा
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਕੌਰ ਜੀ, ਇੱਕ ਤੁਹਾਡੀ ਏਜ ਦੇ ਬੱਚਿਆਂ ਦਾ ਇੱਕ ਬਹੁਤ ਵੱਡਾ ਫਾਇਦਾ ਹੋ ਜਾਂਦਾ ਕਿ ਪਿੱਚ ਬੜੀ ਹਾਈ ਸਕੇਲ 'ਤੇ ਜਾ ਸਕਦੀ ਹੈ। ਤੁਸੀਂ ਲੋਅਰ ਨੋਟਸ ਤੋਂ ਲੈ ਕੇ ਹਾਈ ਨੋਟਸ ਤੱਕ ਕੁਛ ਵੀ ਗਾ ਸਕਦੇ ਹੋ, ਆਵਾਜ਼ ਇੰਨੀ ਬੁਲੰਦ ਹੁੰਦੀ ਹੈ। ਅਤੇ ਬਹੁਤ ਅੱਛਾ ਤੁਸੀਂ ਗਾ ਰਹੇ ਸੀ। ਸ਼ੁਰੂ ਤੋਂ ਜਿਹੜਾ ਤੁਸੀਂ ਆਰੋਹ ਅਤੇ ਅਵਰੋਹ ਲਗਾਇਆ, ਉਹਦੇ ਵਿੱਚ ਬਹੁਤ ਮਿਸਟੇਕਸ ਲੱਗੀਆਂ ਮੈਨੂੰ। ਹਾਲਾਂਕਿ ਤੁਸੀਂ ਉਹ ਇੰਨਾ ਵਧੀਆ ਨਹੀਂ ਗਾਇਆ ਜਿੰਨਾ ਵਧੀਆ ਸ਼ਬਦ ਦਾ ਸਥਾਈ ਅਤੇ ਇੱਕ ਆਕਾਰ ਦੀ ਤਾਨ ਪਹਿਲੀ ਜਿਹੜੀ ਤੁਸੀਂ ਗਾਈ ਉਹ ਬਹੁਤ ਵਧੀਆ ਸੀਗੀ। ਅਗਲੀ ਜਿਹੜੀ ਤਾਨਾਂ ਹਨ ਉਹਨੂੰ ਵੀ ਤੁਸੀਂ ਦੇਖੋ ਕਿ ਕਿਹੜਾ ਸੁਰ ਮੇਰਾ ਨਹੀਂ ਲੱਗ ਰਿਹਾ, ਉਹਨੂੰ ਵਾਰ ਵਾਰ ਪ੍ਰੈਕਟਿਸ ਕਰਕੇ ਆਪਣੇ ਗਲੇ ਵਿੱਚ ਬਿਠਾਓ। ਜਦੋਂ ਵਾਰ ਵਾਰ ਪ੍ਰੈਕਟਿਸ ਕਰੋਗੇ ਤਾਂ ਹੀ ਉਹ ਚੀਜ਼ ਆਏਗੀ। ਇੱਕ ਵਾਰੀ ਤੁਸੀਂ ਆਰੋਹ ਲਗਾਓਗੇ, ਆਰੋਹ ਜਿਹੜਾ ਤੁਸੀਂ ਲਗਾਇਆ ਸੀਗਾ। ਸਾ ਰੇ ਗਾ ਮਾ ਐਵੇਂ ਧੱਕੇ ਨਾਲ ਨਹੀਂ ਗਾਉਣਾ ਸੀ ਉਹਨੂੰ, ਪੋਲਾਈਟਲੀ ਗਾਓ। ਦੁਬਾਰਾ ਗਾਓ। ਸਾ ਰੇ ਗਾ ਮਾ ਪਾ ਗਾ ਨੀ ਸਾ ਸ਼ਾਬਾਸ਼। ਖੋਲ ਕੇ ਨੋਜ਼ਲ ਵੋਇਸ ਵੀ, ਨੱਕ ਦੇ ਵਿੱਚ ਆਪਾਂ ਆਵਾਜ਼ ਨੂੰ ਦਬਾਉਣਾ ਨਹੀਂ ਹੈਗਾ, ਖੁੱਲ੍ਹ ਕੇ ਗਾਓ। ਠੀਕ ਹੈ, ਬਹੁਤ ਅੱਛਾ ਗਾਇਆ, ਸ਼ਾਬਾਸ਼। ਗਮ ਪ ਗਮ ਪ ਮ ਗ ਪ ਦ ਪ ਮ ਗ ਮ ਗ ਗਮ ਸ ਗਮ ਪ ਨਿ ਸ ਗਮ ਪ ਨਿ ਸਾ ਸੁਖ ਯਾ ਰਾਦ ਦੁਖ ਯਾ ਰਾਦ ਸੁਖ ਸਨ
ਨੀ ਧਪ ਮ ਪ ਨੀ ਨੀ ਧਪ ਮ ਪ ਸ ਨੀ ਧਪ ਮ ਪ ਮ ਗਰੇ ਸੁਖ ਅਰਾਦ ਦੁਖ ਅਰਾਦ ਬਿਸਰੇ ਨ ਕਾਹੂ ਬੇਰਾ ਬਿਸਰੇ ਨ ਕਾਹੂ ਬੇਰਾ ಮಗ ಪದ ಪ ಮಗ ಮಗರೆ ಗಮ ಪನಿ ಸ ಲೋಡಿಂದ ಸಜನ್ ಮೇರ ಲೋಡಿಂದ ಗಮ ಪದ ಪ ಮಗ ಮ ಪದ ನಿ ದ ಸ ನಿ ಧ ಪ ಧ ಪ ಮಗರೆ ಸ ನಿ ಸ ಗ ಗ ಮ ಮ ಪ ಪ ನಿ ನಿ ಸ ಪ ಪ ನಿ ನಿ ಸ ಪ ಪ ನಿ ನಿ ಸ ಲೋಡಿಂದ ಸಜನ್ ಮೇರ ಲೋಡಿಂದ ನಿಸಾನಿ ದ ಪದ ಪ ಮಗ ಮಗರಿ ಸ ಲೋಡಿಂದ ಸ ಜನ್ಮೇರ ಲೋಡಿಂದ ಸನಿ ಧ ಪ ಮದ ಪ ಮದ ಪ ಮಗರಿ ಸ ಸ ಗ ಮ ಪ ನಿ ಸ ಲೋಡಿಂದ ಸ ಜನ್ಮೇರ ಲೋಡಿಂದ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਸ਼ਦੀਪ ਸਿੰਘ ਜੀ ਬਹੁਤ ਸੋਹਣਾ ਗਾਇਨ ਕੀਤਾ। ਜਿਵੇਂ ਡਾਕਟਰ ਸਾਹਿਬ ਜੀ ਨੇ ਦੱਸਿਆ ਆਵਾਜ਼ ਵਿੱਚ ਬਹੁਤ ਸੁਰੀਲਾਪਨ ਔਰ ਮਿਹਨਤ ਝਲਕਦੀ। ਇੱਕ ਹੋਰ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਮਿਹਨਤ ਕਰੋ ਔਰ ਬੁਲੰਦੀਆਂ 'ਤੇ ਪਹੁੰਚੋ। ਇੱਕ ਹੋਰ ਕਿ ਉਮਰ ਹੁਣ ਦਮਾਲਾ ਜਾਂ ਦਸਤਾਰ ਸਜਾਉਣ ਦੀ ਆਈ ਹੈ, ਇਹ ਵੀ ਜ਼ਰੂਰ ਆਪਾਂ ਕਰ ਲਈਏ, ਠੀਕ ਰਹੇਗਾ। ਠੀਕ ਹੈ, ਗੁਰੂ ਕਿਰਪਾ ਕਰੇ ਚੜ੍ਹਦੀ ਕਲਾ। ਬੱਚਿਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪਰਫੋਰਮ ਕੀਤਾ। ਉਹਨਾਂ ਦੀ ਪਰਫੋਰਮੈਂਸ ਦੇਖ ਕੇ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਗੁਰੂ ਮਹਾਰਾਜ ਨੇ ਆਪ ਉਹਨਾਂ 'ਤੇ ਬਖਸ਼ਿਸ਼ ਕੀਤੀ ਹੈ। ਗੁਰੂ ਪਿਆਰ ਵਿੱਚ ਭਿੱਜੇ ਹੋਏ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਬਦ ਸਰਵਣ ਕਰਵਾ ਰਹੇ ਸਨ। ਜਦ ਜੱਜ ਸਾਹਿਬਾਨ ਆਪਣੇ ਵਿਚਾਰ ਪੇਸ਼ ਕਰ ਰਹੇ ਸਨ ਤਾਂ ਉਹਨਾਂ ਦੀ ਇੱਕ ਗੱਲ ਜੋ ਹੈ ਉਹ ਮਨ ਨੂੰ ਛੂ ਗਈ। ਉਹਨਾਂ ਨੇ ਕਿਹਾ ਕਿ ਅਗਰ ਹਰ ਘਰ ਵਿੱਚ ਜੇਕਰ ਕੀਰਤਨ ਰਾਗਬੱਧ ਤਰ੍ਹਾਂ ਨਾਲ ਕੀਰਤਨ ਕਰਨ ਵਾਲੇ ਬੱਚੇ ਹੋਣ ਤਾਂ ਇਹ ਸਾਡਾ ਵਿਰਸਾ ਜੋ ਹੈ ਉਹ ਬਹੁਤ ਹੀ ਅਮੀਰ ਹੋ ਜਾਵੇਗਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਖਜ਼ਾਨਾ ਹਨ, ਸਿਰਫ ਅਤੇ ਸਿਰਫ ਜ਼ਰੂਰਤ ਹੈ ਇਹਨਾਂ ਨੂੰ ਐਕਸਪਲੋਰ ਕਰਨ ਦੀ। ਮੈਗਾ ਆਡੀਸ਼ਨ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਮਿਲਾਂਗੇ ਅਗਲੇ ਐਪੀਸੋਡ ਵਿੱਚ, ਤਦ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆ